ਇੱਕੋ ਹੀ ਹੈ, ਫਰਕ ਹੋ ਗਈ ਕਿ ਔਰਤ ਜਾਤੀ ਨੂੰ ਕੌਣ ਮਾਣ ਦਿੰਦਾ, ਗੁਰੂ ਨਾਨਕ ਦੇ ਫਲਸਫੇ ਕੌਣ ਚੱਲਦਾ, ਖਾਲਸਾ ਪੰਥ ਦੀ ਸੋਚ ਨੂੰ ਕੌਣ ਅਪਣਾਉਂਦਾ। ਇਹ ਖਾਲਸਾ ਪੰਥ ਦੇ ਗਦਾਰ ਨੇ ਔਰ ਉਹਨਾਂ ਲੋਕਾਂ ਦੇ ਜਿਹਨਾਂ ਨੇ ਰਾਮ ਰਹੀਮ ਨੂੰ ਮਾਫ਼ ਕਰਾਇਆ ਔਰ ਜਿਹਨਾਂ ਨੇ ਬਰਗਾੜੀ ਕਾਂਡ ਕਰਾਇਆ। ਜਗੀਰ ਕੌਰ ਦੀ ਹਿੰਮਤ ਹੈ, ਵਧਾਈ ਦੇ ਕੇ ਨਿਕਲੀ ਹੈ ਔਰ ਉਹਨਾਂ ਨੂੰ ਲਾਲਚ ਪਾ ਕੇ ਨਿਕਲੀ ਹੈ ਕਿ ਤੁਸੀਂ ਖਾਲਸਾ ਪੰਥ ਦੇ ਗਦਾਰ। ਔਰਤ ਜਾਤੀ ਨੂੰ ਕੌਣ ਮਾਣ ਦਿੰਦਾ, ਗੁਰੂ ਨਾਨਕ ਦੇ ਫਲਸਫੇ ਕੌਣ ਚੱਲਦਾ, ਖਾਲਸਾ ਪੰਥ ਦੀ ਸੋਚ ਨੂੰ ਕੌਣ ਅਪਣਾਉਂਦਾ। ਇਹ ਖਾਲਸਾ ਪੰਥ ਦੇ ਗਦਾਰ ਨੇ ਔਰ ਉਹਨਾਂ ਲੋਕਾਂ ਦੇ ਜਿਹਨਾਂ ਨੇ ਰਾਮ ਰਹੀਮ ਨੂੰ ਮਾਫ਼ ਕਰਾਇਆ ਔਰ ਜਿਨ੍ਹਾਂ ਨੇ ਬਰਗਾੜੀ ਕਾਂਡ ਕਰਾਇਆ। ਪਰ ਬੀਬੀ ਜੀ, ਰਾਮ ਰਹੀਮ ਦੀ ਜਦੋਂ ਮਾਫ਼ੀ ਸੀ ਤੁਸੀਂ ਉਹਦੇ ਨਾਲ ਹੀ ਸੀਗੇ? ਮੈਂ ਬਿਲਕੁਲ ਨਹੀਂ ਸੀ। ਆ ਜਿਹੜਾ ਤੁਹਾਡੇ ਦਬਰਦਰ ਮਲੂਕੇ ਚਲਾਕੇ ਇਹ ਪੁੰਦੜੇ ਹੀ ਸੀ। ਨਹੀਂ ਪਰ ਇੱਕ ਨਹੀਂ ਬੀਬੀ ਜੀ, ਇੱਕ ਗੱਲ, ਇੱਕ ਥੋੜਾ ਜਿਹਾ ਸਵਾਲ ਹੈ ਕਿ ਹੁਣ ਤੁਹਾਡਾ ਸਿਆਸੀ ਭਵਿੱਖ ਕੀ ਹੈ? ਮੇਰਾ ਨਹੀਂ ਕਰਦੇ, ਮੇਰਾ ਸਿਆਸੀ ਭਵਿੱਖ ਉਜਲਾ ਹੋਏਗਾ ਤੇ ਇਹਨਾਂ ਨੂੰ ਬਾਹਰ ਕੱਢਾਂਗੇ। ਨਹੀਂ ਪਰ ਉਹ ਕਿਸ ਤਰ੍ਹਾਂ ਹੁਣ ਇਲੈਕਸ਼ਨ ਤੇ ਜਿਹੜੀ ਦੇਖੋ ਕਿਦਾਂ ਹੁੰਦੀ ਬੀਬੀ ਜੀ, ਦੇਖੋ ਕਿਦਾਂ ਹੁੰਦੀ। ਤੁਸੀਂ ਕਹਿ ਕੇ ਜਿਨ੍ਹਾਂ ਨੇ ਮੰਤ ਦਾ ਸਾਥ ਨਹੀਂ ਦਿੱਤਾ ਤੁਹਾਡੀ ਸਤਿ ਸ੍ਰੀ ਅਕਾਲ ਵੀ ਖਤਮ ਹੋਣ ਦੇ ਨਾਲ। ਮੈਂ ਕਿਹਾ ਖਾਲਸਾ ਪੰਥ ਦਾ ਸਾਥ ਨਹੀਂ ਦਿੱਤਾ ਜਿਹਨਾਂ ਨੇ ਉਹਨਾਂ ਲੋਕਾਂ ਨੂੰ। ਅੱਜ ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਜਿਹੜੇ ਪੰਥ ਦੇ ਗਦਾਰ ਹੋਣਗੇ ਉਹ ਮੇਰੇ ਨਾਲ ਸਤਿ ਸ੍ਰੀ ਅਕਾਲ ਵੀ ਮੇਰਾ ਉਹਦਾ ਮਤਲਬ। ਬੀਬੀ ਜੀ, ਐਕਸਪੋਜ਼ ਕਰੋਗੇ ਇਹਨਾਂ ਨੂੰ ਆਉਣ ਵਾਲੇ ਟਾਈਮ 'ਚ ਜਿਸ ਤਰੀਕੇ ਦੇ? ਮੈਂ ਤਾਂ ਹੁਣ ਵੀ ਕਰ ਰਹੀ ਹਾਂ। ਉਹ ਕਹਿੰਦੇ ਸੀ 25 ਵੋਟਾਂ ਪੈਣਗੀਆਂ, ਬੀਬੀ ਨੂੰ ਤਾਂ ਵਿੱਚ ਕਰਾ ਦੇ ਦਾਂਗਾ, ਅਸਤੀਫਾ ਦੇਵੇ ਹੁਣ ਪਹਿਲਾਂ। ਪਰ ਬੀਬੀ ਜੀ, ਤੁਹਾਡੇ ਕੋਲ ਵੋਟਾਂ ਵੱਧ ਪਈਆਂ ਪਿਛਲੀ ਵਾਰੀ ਕਿੰਨੀ? ਬਹੁਤ ਵੋਟਾਂ ਨੇ, ਆਸ਼ਾ ਤੋਂ ਸਾਨੂੰ ਬਹੁਤ ਮਿਲਿਆ, ਬਹੁਤ ਮਿਲਿਆ। ਪਰ ਹੌਸਲੇ ਬੁਲੰਦ ਨੇ ਤੁਹਾਡੇ, ਤੂੰ ਮੇਰਾ ਹੌਸਲਾ ਤੋੜ ਸਕਦਾ? ਮੇਰੇ ਨਾਲ ਪਾਸ ਹੌਸਲਾ ਤੋੜ ਗੱਲ ਸੁਣੋ, ਜਗੀਰ ਕੌਰ ਦੀ ਹਿੰਮਤ ਹੈ, ਵਧਾਈ ਦੇ ਕੇ ਨਿਕਲੀ ਹੈ ਔਰ ਉਹਨਾਂ ਨੂੰ ਲਾਲਚ ਪਾ ਕੇ ਨਿਕਲੀ ਹੈ ਕਿ ਤੁਸੀਂ ਖਾਲਸਾ ਪੰਥ ਦੇ ਗਦਾਰ ਹੋ। ਸੁਖਬੀਰ ਬਾਦਲ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅੱਜ ਕਿਉਂਕਿ ਬਹੁਤ ਵੱਡਾ ਦਿਨ ਹੈ? 25 ਵੋਟਾਂ ਕਹਿੰਦਾ ਸੀਗਾ ਜੇ ਪਈਆਂ ਤੇ ਅਸਤੀਫਾ ਦੇਵਾਂਗਾ। ਚਲੋ ਉਹੀ ਗੱਲ ਕਰਦੇ, ਸਾਰੇ ਮੈਂਬਰ ਆ ਗਏ ਆ ਪਰ ਤੁਹਾਡੇ ਕੋਲ ਫਿਰ ਵੀ ਆਏ ਨੇ। ਬੀਬੀ ਜੀ, ਹੋਰ ਸਵਾਲ ਹੈ ਕਿ ਅਕਾਲੀ ਦਲ ਦਾ ਫਿਊਚਰ ਕੀ ਦੇਖਦੇ ਤੁਸੀਂ? ਅਕਾਲੀ ਦਲ ਦਾ, ਸ਼੍ਰੋਮਣੀ ਅਕਾਲੀ ਦਲ ਦਾ, ਅਕਾਲੀ ਦਲ ਪੁਨਰ ਸੁਰਜੀਤ ਹੋਏਗਾ ਔਰ ਇਸ ਸ਼੍ਰੋਮਣੀ ਅਕਾਲੀ ਦਲ ਤੋਂ ਸਾਰੇ ਬਾਹਰ ਬੱਚੇ ਨੂੰ ਤੇ ਬਾਹਰ ਕੱਢਿਆ ਉਹਨਾਂ ਨੇ, ਫਿਰ ਤੁਸੀਂ ਕਿੱਦਾਂ? ਇਹ ਕੌਣ ਹੁੰਦੇ ਮੈਨੂੰ ਕੱਢਣ ਵਾਲੇ? ਹਾਂਜੀ, ਇਹ ਕੌਣ ਹੈ ਕੱਢਣ ਵਾਲੇ? ਸ਼੍ਰੋਮਣੀ ਅਕਾਲੀ ਦਲ ਸਾਡਾ ਹੈ, ਅਕਾਲ ਸਾਹਿਬ ਬੰਦ ਹੈ। ਤੇ ਹੁਣ ਇਹ ਜਿਹੜੀ ਚੋਣਾਂ ਦੇ ਨਤੀਜੇ ਜਿਹੜੇ ਪ੍ਰਧਾਨ ਬਣੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਪ੍ਰਧਾਨ ਸਾਹਿਬ ਨੂੰ ਮਿਲੋ।